दोस्तों मैं गल कर रहा अज इस वक्त हरप्रीत सिंह तो हूँ, जेडे पंजाब तो मेरे नाल जुड़े हुए हैं। हरप्रीत सिंह का वीज़ा लग्या रीसेंटली, अज ही सवेरे खबर आई है। स्पाउस वीज़ा, इन्हों की वाइफ है इन कैनेडा एंड ये बैठे हैं पंजाब से। काफ़ी चिर तो मेरे ख्याल वेट कर रहे थे। ये कुछ इन्हों की खासियत भी है कि भी उतों पंजाब तो बैठ के ये ट्रैकिंग का काम करते हैं, तो से वो मैनू बड़ी उम्मीद है कि जब ये कैनेडा पहुँचेंगे ਤੇ ਇਹਨਾਂ ਨੂੰ ਜੌਬ ਦੀ ਤੇ ਕੋਈ ਐਟਲੀਸਟ ਕੋਈ ਪ੍ਰੋਬਲਮ ਨਹੀਂ ਹੋਏਗੀ। ਆਪ ਪਤਾ ਕਰਦੇ ਹਾਂ ਹਰਪ੍ਰੀਤ ਸਿੰਘ ਦੀ ਕੀ ਪ੍ਰੋਬਲਮ ਸੀ ਸਪਾਊਸ ਵੀਜ਼ਾ। ਪਹਿਲਾਂ ਇਹ ਦੱਸੋ ਤੁਸੀਂ ਜੌਬ ਕੀ ਕਰਦੇ ਹੋ, ਥੋੜਾ ਜਿੰਨਾ ਵੀ ਦੱਸ ਸਕਦੇ ਹੋ ਤੁਸੀਂ ਪੰਜਾਬ ਤੋਂ ਕੀ ਜੌਬ ਕਰਦੇ ਹੋ ਫਰੋਮ ਹੋਮ। ओके सर मेरी एक ट्रैकिंग कंपनी है ते ओदे विच मैं जॉब करदा एज ए एडमिनिस्ट्रेशन सपोर्ट दी जॉब करदा जी। ट्रकिंग कंपनी ਇਹ ਪੰਜਾਬ ਤੇ ਨਹੀਂ, ਮਤਲਬ ਬਾਹਰ ਕੰਪਨੀ ਹੈ ਕਿਤੇ ਹੋਰ ਬਾਹਰ ਕੰਪਨੀ ਚੱਲ ਰਹੀ ਹੈ? हाँ जी कंपनी न्यूजीलैंड ਦੇ ਵਿੱਚ ਹੈ ਜੀ अच्छा ਤੇ हाँ जी ਉਹਨਾਂ ਦੀ ਜਿੱਦਾਂ ਵੀ बिलिंग वगैरह जो भी है वो सारा ਜਿੱਦਾਂ ਉਹਨਾਂ ਦੀ मतलब इंटरनल पार्ट है वो सारा मैं ही देखदा हूँ जी। ਤੁਹਾਨੂੰ ਕਿਸ ਤਰ੍ਹਾਂ ਨੌਲੇਜ ਹੋ ਗਈ ਨਿਊਜ਼ੀਲੈਂਡ ਕੰਪਨੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਬਾਰੇ? ਤੁਸੀਂ ਪੰਜਾਬ ਤੋਂ ਆਪਰੇਟ ਕਰਦੇ ਹੋ, ਇਹ ਇਸ ਤਰ੍ਹਾਂ ਦਾ ਜੌਬ ਤੇ ਮੇਰੇ ਖਿਆਲ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਸੁਪਨਾ ਦੇਖਦਾ ਹੋਗਾ ਕਿ ਮੈਨੂੰ ਜੌਬ ਮਿਲ ਜਾਏ। ਹਾਊ ਡੂ ਯੂ ਨੋ ਸੋ ਮਚ, ਹਾਂਜੀ ਤੁਹਾਨੂੰ ਨਿਊਜ਼ੀਲੈਂਡ ਦੇ ਬਾਰੇ ਕਿਸ ਤਰ੍ਹਾਂ ਪਤਾ ਲੱਗਿਆ? ਸਰ ਐਕਚੁਅਲੀ ਮੈਂ ਨਾ ਉੱਥੇ ਆਲਮੋਸਟ 6 ਈਅਰ ਮੈਂ ਉੱਥੇ ਸਪੈਂਡ ਕੀਤੇ ਤੇ ਸੇਮ ਮਤਲਬ 5 ਸਾਲ ਮੈਂ ਉੱਥੇ ਸੇਮ ਕੰਪਨੀ 'ਚ ਕੰਮ ਕੀਤਾ ਸੀਗਾ ओके 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 ਤੇ ਉਹ ਤੁਹਾਨੂੰ ਕੰਪਨੀ ਨਿਊਜ਼ੀਲੈਂਡ ਦਾ ਐਕਸਪੀਰੀਅੰਸ ਲੈ ਕੇ ਮੁੜ ਕੇ ਆਇਓ ਤੁਸੀਂ ਪੰਜਾਬ। हाँ जी हाँ जी वो कंपनी ना जो भी इन एंड आउट सी सारा मैनू नॉलेज सी उस चीज़ दी सो ता करके मैनू ने मतलब हायर किया। ਨਿਊਜ਼ੀਲੈਂਡ ਦੇ ਸਾਡੇ ਕੋਲ ਬੜੇ ਕਲਾਇੰਟ ਹੈ, ਬੜੇ ਬੜੇ ਲੋਕਾਂ ਦੇ ਨਿਊਜ਼ੀਲੈਂਡ, ਕਿਸੇ ਦਾ ਨਿਊਜ਼ੀਲੈਂਡ ਆਕਲੈਂਡ ਤੋਂ ਵੀਜ਼ਾ ਲੱਗਿਆ, ਕੋਈ ਮੁੜ ਕੇ ਵਾਪਸ ਆਇਆ, ਕੋਈ ਆਸਟ੍ਰੇਲੀਆ ਵਾਪਸ ਆਇਆ। ਨਿਊਜ਼ੀਲੈਂਡ 'ਚ ਤੁਹਾਨੂੰ, ਤੁਸੀਂ ਨਿਊਜ਼ੀਲੈਂਡ 6 ਸਾਲ ਰਹੇ ਹੋ ਐਜ਼ ਯੂ ਸੈਡ, ਕਿਸ ਕਿੱਦਾਂ ਦੀ ਲਾਈਫ ਹੈ ਉੱਥੇ? ਸੁਣਦੇ ਨਿਊਜ਼ੀਲੈਂਡ ਬਹੁਤ ਟੂਰਿਜ਼ਮ ਵਧੀਆ ਜਗ੍ਹਾ ਹੈ, ਟੂਰਿਜ਼ਮ ਪੱਕਾ ਹੋਣਾ ਉੱਥੇ, ਸੌਰੀ ਨਿਊਜ਼ੀਲੈਂਡ ਵਿੱਚ ਪੱਕਾ ਹੋਣਾ ਥੋੜ੍ਹਾ ਜਿਹਾ ਔਖਾ ਹੈ ਕਿ ਕਿਸ ਤਰ੍ਹਾਂ ਹੈ? ਹਾਊ ਡੂ ਯੂ ਕੰਪੇਅਰ ਨਿਊਜ਼ੀਲੈਂਡ ਵਿਦ ਸਮ ਅਦਰ ਕੰਟਰੀ? हाँ जी सर पहली गल रहन लई तो वह बहुत वधिया कंट्री है जी बहुत ही पीसफुल कंट्री है जी जी, ते बहुत सोहनी कंट्री है रहन लई ते बाकी रही गल पक्के होण दी जी पक्के होना उत्थे मतलब इट्स डिपेंड करता कि एक तुहाडी एजुकेशन की है थोड़ा बैकग्राउंड की है थोड़ा एक्सपीरियंस की है बाकी तुहानू इंपलॉयर कहो जिहा मिलदा काफ़ी फैक्टर है जिदा जी वो मैटर करता ते बाकी पहला तो जी बहुत औखा सीगा पक्के होना हुण जिहड़ा इन्हां ने रूल कढ़े सी कि 1,65,000 इन्हां बंदा इन्हां ने पक्का कीता सीगा जी हुण उहदे जी विच तां काफ़ी जाने फॉल होए ने ओके ते हाँ जी हाँ जी बाकी हुण हौली हौली जिवें उन्हां नूं भी थोड़ी समझ लग रही है कि जिवें कैनेडा वाले देख देख के ते उन्हां ने भी काफ़ी पक्के किते बाकी पहला बहुत हार्ड सीगा जी। उस टाइम तो बहुत हार्ड थी। न्यूजीलैंड ਤੁਸੀਂ ਸੁਣਦੇ ਆ ਬਹੁਤ ਵਧੀਆ ਕੰਟਰੀ ਹੈ, ਲਾਰਡ ਆਫ ਰਿੰਗਸ ਉੱਤੇ ਫਿਲਮ ਸ਼ੂਟਿੰਗ ਸ਼ਾਟਿੰਗ ਹੋਈ ਹੈ, ਬਹੁਤ ਕਰੇ ਪਹਾੜ ਪੂੜ ਹੈ ਜਿਹੜੇ ਦਰਿਆ ਪ੍ਰਿਆ ਇਸ ਤਰ੍ਹਾਂ ਸੇ ਸਾਗਰ ਬੋਟਿੰਗ ਸ਼ੂਟਿੰਗ ਬਹੁਤ ਇਸ ਤਰ੍ਹਾਂ ਦੀ ਉੱਥੇ ਹੁੰਦਾ ਕੰਮ। हाँ जी हाँ जी ਪਰ ਨਿਊਜ਼ੀਲੈਂਡ ਵਿੱਚ ਕਾਫੀ ਇੰਡੀਅਨ ਪੋਪੂਲੇਸ਼ਨ ਹੈ ਆਪਣੀ? ਇੰਡੀਅਨ ਪਾਪੂਲੇਸ਼ਨ ਠੀਕ ਹੈ ਸਰ ਇੰਨਾ ਜ਼ਿਆਦਾ ਨਹੀਂ ਹੈਗੀ ਜਿਵੇਂ ਕਹਿ ਸਕਦੇ ਆਪਾਂ ਥੋੜ੍ਹੇ ਜਿਹੇ ਏਰੀਏ ਨੇ ਜਿੱਦਾਂ ਔਕਲੈਂਡ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਹਾਂ ਜੀ ਥੋੜ੍ਹੇ ਬਹੁਤੇ ਹੈਮਿਲਟਨ 'ਚ ਹੈ ਬਸ ਕੁਝ ਜ਼ਿਆਦਾ ਨਹੀਂ ਹੈਗੇ ਕ੍ਰਾਈਸਟ ਚਰਚ ਥੋੜ੍ਹੇ ਜਿਹੇ ਬਾਕੀ ਬਾਕੀ ਕਿਤੇ ਨਹੀਂ ਹੈਗੇ ਇੰਨੇ ਤੇ ਪਿਛਲੇ 6 ਮਹੀਨੇ ਦੇ ਦੌਰਾਨ ਮੇਰੇ ਕੋਲ, ਮੇਰੇ ਖਿਆਲ ਐਟਲੀਸਟ ਜਾਂ 3 ਮਿਨੀਮਮ 3 ਐਂਡ ਯੂ ਆਰ ਦ ਫੋਰਥ, 4 ਕੇਸਿਸ ਹੋ ਅੱਛਾ ਚੁੱਕੇ ਹਨ ਜਿਹੜੇ ਨਿਊਜ਼ੀਲੈਂਡ ਤੋਂ ਬਿਲੋਂਗ ਕਰਦੇ ਹਨ, ਜਿਨ੍ਹਾਂ ਦਾ ਨਿਊਜ਼ੀਲੈਂਡ ਰਹਿੰਦੇ ਹੋਏ ਕਿਸੇ ਦਾ ਨਿਊਜ਼ੀਲੈਂਡ ਤੋਂ ਹੀ ਵੀਜ਼ਾ ਲੱਗਿਆ ਉੱਥੋਂ, ਹੀ ਵਾਸ ਫਰੋਮ ਔਕਲੈਂਡ ਆਲਸੋ, ਤੇ ਜਿਹੜੇ ਕੁਛ ਹੈ ਜੇ ਨਿਊਜ਼ੀਲੈਂਡ ਤੋਂ ਵਾਪਸ ਆਏ ਹੈ, ਜਾਂ ਨਿਊਜ਼ੀਲੈਂਡ ਉਹਨਾਂ ਦਾ ਸਟੱਡੀ ਵੀਜ਼ਾ ਖਰਾਬ ਹੋ ਗਿਆ, ਕੁਛ ਹੋ ਗਿਆ ਯਾਰ ਵਟਐਵਰ ਜੋ ਵੀ, ਸੋ ਕਰਕੇ ਆਇਆ। ਐਂਡ ਯੂ ਆਰ ਨੰਬਰ 4 ਐਕਚੁਅਲੀ ਜਿਹੜੇ ਨਿਊਜ਼ੀਲੈਂਡ ਤੋਂ ਆਏ। ਮੇਰਾ ਵੀ ਮਨ ਹੈ ਕਿ ਕਿਸੇ ਦਿਨ ਆਪਾਂ ਵੀ ਨਿਊਜ਼ੀਲੈਂਡ ਦੇ ਦਰਸ਼ਨ ਕਰੀਏ, ਜਾ ਕੇ ਮੱਥਾ ਟੇਕ ਆਈਏ ਨਿਊਜ਼ੀਲੈਂਡ ਤੇ ਹੋ ਕੀ ਰਿਹਾ। ਪਰ ਇਹ ਆਈ ਐਮ ਗਲੈਡ ਯੂ ਹੈਵ ਜੁਆਇੰਡ ਵਿਦ ਮੀ। ਤੇ ਨਿਊਜ਼ੀਲੈਂਡ ਰਹਿ ਕੇ ਤੁਸੀਂ 6 ਸਾਲ ਰਹਿ ਕੇ ਕਦੋਂ ਵਾਪਸ ਆਏ ਇੰਡੀਆ? ਸਰ ਮੈਂ 6 ਮਾਰਚ ਨੂੰ ਆਇਆ ਸੀ 2020 ਦੇ ਵਿੱਚ ਕੋਵਿਡ ਦੇ ਟਾਈਮ ਮੇਰੇ ਖਿਆਲ ਹੈ, ਕੋਵਿਡ हाँ जी हाँ जी उस तो 12-13 दिन बाद लॉकडाउन लग गया सी जी। अच्छा। सो फिर मैरिज हाँ मैरिज जी कदों हो गई? जब आंदे सार फिर कोविड टाइम मैरिज भी हो गई या किस तरह?
ਐਕਚੁਅਲੀ ਸਰ ਮੈਂ ਆਇਆ ਤਾਂ ਮੈਰਿਜ ਕਰਾਉਣੀ ਸੀਗਾ, ਜਿਵੇਂ ਹੁਣ ਅਪ੍ਰੈਲ ਦੇ ਵਿੱਚ ਮੇਰੀ ਮੈਰਿਜ ਸੀਗੀ ਪਹਿਲਾਂ, ਜੀ ਫਿਰ ਉਹ ਪੋਸਟਪੋਨ ਕਰਕੇ ਫਿਰ ਉਹ ਜੂਨ ਦੇ ਵਿੱਚ ਕੀਤੀ ਜੀ। ਜੀ 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 ਓਕੇ ਠੀਕ ਹੈ ਠੀਕ ਹੈ, ਹਾਂਜੀ ਹਾਂਜੀ ਦੈਟਸ ਗੁੱਡ ਦੈਟਸ ਗੁੱਡ। ਸੋ ਮੈਰਿਜ ਤੁਸੀਂ ਕਰਾ ਲਈ, ਉਹਦੇ ਬਾਅਦ ਤੁਹਾਡੇ ਵਾਈਫ ਹੈ ਸਟੱਡੀ ਵੀਜ਼ਾ ਤੇ, ਹੁਣ ਵੀ ਸਟੱਡੀ ਵੀਜ਼ਾ ਤੇ ਹੈ ਕਿ ਪੀਜੀ ਪਰਮਨੈਂਟ ਤੇ ਆ ਗਏ? ਨਹੀਂ ਨਹੀਂ ਸਰ, ਹਜੇ ਸਟਿਲ ਉਹਨਾਂ ਦਾ ਥਰਡ ਸਮੈਸਟਰ ਜਾ ਰਿਹਾ ਹੈ। ਚਲੋ ਚਲੋ ਸਟੱਡੀ ਵੀਜ਼ਾ ਚੱਲ ਰਿਹਾ ਤੇ ਹਾਂਜੀ ਹਾਂਜੀ ਜੋਬ ਤੁਸੀਂ ਨਿਊਜ਼ੀਲੈਂਡ ਤੋਂ ਹੀ ਜੋ ਟਰੱਕਿੰਗ ਡਿਸਪੈਚਿੰਗ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਕੰਮ ਉੱਥੋਂ ਹੀ ਤੁਸੀਂ ਕਰਦੇ ਹੋ? ਹਾਂਜੀ ਹਾਂਜੀ ਉਹੀ ਕਰ ਰਿਹਾ। ਜੀ 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 ਵਧੀਆ, ਤਨਖਾਹ ਮਿਲੀ ਜਾਂਦੀ ਉੱਥੋਂ, ਡਾਲਰ ਚ ਮਿਲੀ ਜਾਂਦੀ ਤਨਖਾਹ, ਦੱਸਣ ਦੀ ਲੋੜ ਨਹੀਂ ਹੈ, ਪ੍ਰਾਈਵੇਟ ਲੋਕਾਂ ਨੂੰ ਪਤਾ ਹੈ ਪਰ ਮਿਲੀ ਜਾਂਦੀ ਤਨਖਾਹ ਉੱਥੋਂ ਹੀ? ਹਾਂਜੀ ਹਾਂਜੀ ਬਿਲਕੁਲ ਜੀ, ਵਧੀਆ ਹੈ, ਮਤਲਬ ਠੀਕ ਹੈ, ਵਧੀਆ ਚੱਲੀ ਜਾਂਦਾ। ਦੈਟਸ ਵੰਡਰਫੁਲ। ਇਸ ਤੋਂ ਪਹਿਲਾਂ ਵੀ ਤੁਹਾਡੇ ਹਾਂਜੀ ਜੇ ਕੋਈ ਕਿਸੇ ਕੰਟਰੀ ਦੇ ਵੀਜ਼ੇ ਲੱਗੇ ਹੋਏ ਆ, ਜਿਸ ਤਰ੍ਹਾਂ ਕੋਈ ਹੋਰ ਕੈਨੇਡਾ ਅਮਰੀਕਾ ਦਾ ਵੀਜ਼ਾ ਲੱਗਿਆ, ਰਿਫਿਊਜ਼ ਹੋ ਗਿਆ ਕੋਈ ਕਿ ਨਹੀਂ, ਦਿਸ ਵਾਸ ਦਾ ਫਸਟ ਟਾਈਮ? ਸਰ ਕੈਨੇਡਾ ਮੈਂ ਉਦੋਂ ਨਿਊਜ਼ੀਲੈਂਡ ਦੇ ਵਿੱਚ ਸੀਗਾ, ਉਦੋਂ ਮੇਰਾ ਵਿਜ਼ਟਰ ਵੀਜ਼ਾ ਡਿਕਲਾਈਨ ਹੋਇਆ ਸੀ ਉਦੋਂ। ਵਨ ਟਾਈਮ? ਹਾਂਜੀ ਵਨ ਟਾਈਮ ਮੇਰਾ ਵਿਜ਼ਟਰ ਵੀਜ਼ਾ ਡਿਕਲਾਈਨ ਹੋਇਆ ਸੀ, ਤੇ ਫਿਰ ਲਾਸਟ ਈਅਰ ਮੇਰਾ ਸਟੂਡੈਂਟ ਵੀਜ਼ਾ ਵੀ ਡਿਕਲਾਈਨ ਹੋਇਆ ਸੀ। ਫਰੋਮ ਨਿਊਜ਼ੀਲੈਂਡ ਇਟਸੈਲਫ, ਉੱਥੋਂ ਹੀ ਅਪਲਾਈ ਕੀਤਾ ਹੈ, ਇੰਡੀਆ ਤੋਂ ਅਪਲਾਈ ਕੀਤਾ ਹੈ? ਨਹੀਂ ਸਰ ਉਹ ਮੈਂ ਇੰਡੀਆ ਤੋਂ ਅਪਲਾਈ ਕੀਤਾ ਸੀਗਾ। ਅੱਛਾ ਅੱਛਾ ਸੋ ਵਨ ਹਾਂਜੀ ਵਨ ਸਰ ਟਾਈਮ ਵਨ ਟਾਈਮ ਟੂਰਿਸਟ ਵੀਜ਼ਾ ਫਰੋਮ ਫੋਰ ਕੈਨੇਡਾ ਫਰੋਮ ਫਰੋਮ ਨਿਊਜ਼ੀਲੈਂਡ। ਅੱਛਾ, ਮੁੜ ਕੇ ਜਦ ਆਏ ਫਿਰ ਤੁਸੀਂ ਸੋਚ ਰਹੇ ਹੋ ਕੋਸ਼ਿਸ਼ ਕਰ ਵੀ ਮੇਰਾ ਸਟੱਡੀ ਵੀਜ਼ਾ ਲੱਗ ਜਾਏ ਜਾ ਕੇ ਹਾਂਜੀ ਕੈਨੇਡਾ ਦੇ ਸਰ ਫਿਰ ਹੋ ਗਏ, ਤੋ ਦੋ ਵਾਰ ਰਿਫਿਊਜ਼ ਹੋ ਗਏ? ਹਾਂਜੀ ਦੋ ਵਾਰ ਰਿਫਿਊਜ਼ ਹੋ ਗਿਆ ਸੀ ਮੈਂ। ਅੱਛਾ, ਉਹਦੇ ਬਾਅਦ ਫਿਰ ਇਹ ਤੁਹਾਡੀ ਮੈਰਿਜ ਹੋ ਗਈ ਤੇ ਫਿਰ ਮੈਰਿਜ ਦੇ ਬੇਸ ਤੇ ਸਪਾਊਸ ਵੀਜ਼ਾ, ਸਪਾਊਸ ਵੀਜ਼ਾ ਤਾਂ ਨਹੀਂ ਰਿਫਿਊਜ਼ ਹੋਏ ਪਹਿਲਾਂ ਕਦੇ? ਨਹੀਂ ਸਪਾਊਸ ਵੀਜ਼ਾ ਦੀ ਨਹੀਂ ਹੋਈ ਸਰ। ਸਰ ਐਕਚੁਅਲੀ ਕੀ ਹੋਇਆ ਸੀ, ਟ੍ਰਿਕੀ ਪੁਆਇੰਟ ਕੀ ਸੀਗਾ ਮੇਰਾ ਕਿ ਜਿੱਦਾਂ ਮੇਰੀ ਮੈਰਿਜ ਹੋ ਗਈ ਸੀਗੀ ਜੀ, ਤੇ ਮੈਂ ਆਪਣੀ ਵਾਈਫ ਦਾ ਲਾਇਆ ਹੋਇਆ ਸੀ ਵੀਜ਼ਾ, ਜੀ ਤੇ ਉਹਦੇ ਉਸੇ ਟਾਈਮ ਦੇ ਵਿੱਚ ਵਿੱਚ ਮੈਂ ਵੀ ਆਪਣਾ ਲਗਾ ਦਿੱਤਾ ਸੀਗਾ ਸਟੂਡੈਂਟ ਹੀ। ਸਮਝ ਗਿਆ ਸਮਝ ਗਿਆ। ਅੱਛਾ ਅੱਛਾ, ਵਾਈਫ ਦਾ ਲੱਗਿਆ ਤੁਹਾਡਾ ਰਹਿ ਗਿਆ? ਹਾਂਜੀ ਮੇਰਾ ਰਹਿ ਗਿਆ ਸੀਗਾ, ਉਹਨਾਂ ਦਾ ਲੱਗ ਗਿਆ ਸੀ। ਜੀ 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 ਚਲੋ ਠੀਕ ਹੈ ਠੀਕ ਹੈ। ਉਹਦੇ ਬਾਅਦ ਫਿਰ ਇਹ ਹੋ ਗਿਆ ਕਿ ਫਿਰ ਵਾਪਸ ਜਾਣਾ, ਤੇ ਬਾਕੀ ਫਿਰ ਸਾਡੇ ਕੋਲ ਕਿਉਂ ਆ ਗਿਆ, ਮਤਲਬ ਤੁਹਾਡਾ ਕੇਸ ਤੇ ਕੋਈ ਕੰਪਲਿਕੇਸ਼ਨ ਤਾਂ ਨਜ਼ਰ ਨਹੀਂ ਆ ਰਹੀ? ਯੂ ਹੈਡ ਟੂ ਰਿਫਿਊਜ਼ਲਸ ਇਨ ਦਾ ਪਾਸਟ, ਦੋ ਰਿਫਿਊਜ਼ਲ ਤੇ ਨਿਊਜ਼ੀਲੈਂਡ ਤੋਂ ਤੁਸੀਂ ਵਾਪਸੀ ਕਰ ਲਈ, ਹਾਊ ਡਿਡ ਯੂ ਐਂਡ ਅਪ ਵਿਦ ਅਸ, ਮਤਲਬ ਕਿ ਤੁਹਾਨੂੰ ਕੰਪਲਿਕੇਸ਼ਨ ਲੱਗੀ ਕੁਝ ਜਾਂ ਕਿਸ ਤਰ੍ਹਾਂ? ਹਾਂਜੀ ਸਰ ਕੰਪਲਿਕੇਸ਼ਨ ਮੈਨੂੰ ਇਦਾਂ ਸੀਗਾ ਕਿ ਜਦੋਂ ਮੈਂ ਲਾਸਟ ਟਾਈਮ ਜਦੋਂ ਮੈਂ ਐਕਚੁਅਲੀ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀਗਾ ਜੀ, ਉਹਦੇ ਵਿੱਚ ਮੈਨੂੰ ਇਹ ਸੀਗਾ ਕਿ ਉਦੋਂ ਮੈਂ ਕਿਉਂਕਿ ਮੈਂ ਪਹਿਲਾਂ ਨਿਊਜ਼ੀਲੈਂਡ ਵੀ ਹੋ ਕੇ ਆਇਆ ਸੀ, ਆਸਟ੍ਰੇਲੀਆ ਵੀ ਹੋ ਕੇ ਆਇਆ ਸੀ, ਜੀ ਤੇ ਐਕਚੁਅਲੀ ਮੇਰੀ ਉੱਥੇ ਵੀ ਰਿਫਿਊਜ਼ਲ ਸੀ ਇੱਕ, ਤੇ ਜਿਨ੍ਹਾਂ ਤੋਂ ਮੈਂ ਸਟੱਡੀ ਵੀਜ਼ਾ ਲਗਵਾਇਆ ਸੀ ਉਹ ਕਹਿੰਦੇ ਸੀ ਤੂੰ ਤਾਂ ਇੱਕ ਵਾਰੀ ਹੋ ਕੇ ਆ ਗਿਆ ਤੇ ਤੈਨੂੰ ਲੋੜ ਨਹੀਂ ਹੈਗੀ, ਜਿੱਦਾਂ ਤੈਨੂੰ ਮੈਂਸ਼ਨ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ। ਓ ਅੱਛਾ, ਮੈਂਸ਼ਨ ਕਰਦੇ? ਓਕੇ 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 ਹਾਂਜੀ ਠੀਕ ਹਾਂਜੀ, ਉਹ ਕਹਿੰਦੇ ਤੈਨੂੰ ਲੋੜ ਨਹੀਂ ਕਿਉਂਕਿ ਤੂੰ ਆਲਰੇਡੀ ਉੱਥੇ ਹੋ ਕੇ ਆ ਗਿਆ ਹੈ ਜੀ। ਤੇ ਪਰ ਮੇਰੇ ਮਾਇੰਡ ਵਿੱਚ ਫਿਰ ਵੀ ਸੀ, ਮੈਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਜੋ ਵੀ ਸੀ, ਪਰ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ। ਫਿਰ ਮੈਂ ਇਹ ਗੱਲ ਸੁਖਮਨ ਭਾਜੀ ਨਾਲ ਸ਼ੇਅਰ ਕੀਤੀ ਸੀਗੀ, ਤੁਹਾਡੇ ਨਾਲ ਵੀ ਕੀਤੀ ਸੀਗੀ, ਜੀ ਜੀ ਤੇ ਉਹ ਕਹਿੰਦੇ ਸੀ ਕਿ ਜਿਵੇਂ ਵੀ ਮਰਜ਼ੀ ਹੈ ਆਪਾਂ ਨੂੰ ਜੋ ਕੁਝ ਵੀ ਆਪਾਂ ਨੂੰ ਦੱਸਣਾ ਚਾਹੀਦਾ, ਜੀ ਤੇ ਫਿਰ ਉਹਨਾਂ ਨੇ ਸਾਰਾ ਕੁਝ ਮਤਲਬ ਪੂਰੀ ਡਿਟੇਲ ਦੇ ਵਿੱਚ ਕਿ ਇੰਨੀ ਨੂੰ ਡਿਕਲਾਈਨ ਹੋਇਆ ਜੀ ਸਾਰਾ ਕੁਝ, ਉਹ ਸਾਰਾ ਕੁਝ ਉਹਨਾਂ ਨੇ ਫਿਰ ਡਿਸਕਲੋਜ਼ ਕੀਤਾ ਸੀਗਾ ਉਹਦੇ ਵਿੱਚ। ਮੈਨੂੰ ਇਹੀ ਮੈਨੂੰ ਇੱਕ ਡਰ ਸੀਗਾ ਕਿ ਹੁਣ ਇਨ ਕੇਸ ਕੁਝ ਇੱਦਾਂ ਦਾ ਹੋ ਨਾ ਜਾਵੇ, ਮੈਂ ਡਰਦਾ ਸੀਗਾ ਕਿ ਐਵੇਂ ਕਿਉਂ ਡਿਸਕਲੋਜ਼ ਕਰਨਾ ਕਿ ਮੈਂ ਵੀ ਆਲਰੇਡੀ ਹੋ ਕੇ ਆ ਗਿਆ। ਪਰ ਸਰ ਕਹਿੰਦੇ ਕਿ ਸੁਖਮਨ ਵੀਰਾ ਕਹਿੰਦਾ ਕਿ ਨਹੀਂ ਕਰਨਾ ਚਾਹੀਦਾ ਆਪਾਂ ਨੂੰ, ਸੋ ਆਪਾਂ ਕਰਾਂਗੇ ਸਾਰਾ ਕੁਝ। I'm glad we did that, ਕਿਉਂਕਿ ਅਗਰ ਜੇ ਤੁਸੀਂ ਲੁਕੋ ਲੈਂਦੇ ਉਸ ਚੀਜ਼ ਨੂੰ, ਸੋ ਕਿਤੇ ਨਾ ਕਿਤੇ ਉਹ ਬੈਕਫਾਇਰ ਕਰ ਦਿੰਦਾ, ਕਿਉਂਕਿ ਨਿਊਜ਼ੀਲੈਂਡ ਆਸਟ੍ਰੇਲੀਆ ਦਾ ਸਾਰਾ ਜੋ ਇਨਫੋਰਮੇਸ਼ਨ ਰਿਕਾਰਡ ਹੈ ਉਹ ਕੈਨੇਡਾ ਕੋਲ ਹੁੰਦਾ ਹੀ ਹੈ ਐਕਚੁਅਲੀ, ਉਹ ਕਿਸੇ ਵੀ ਟਾਈਮ ਕਿਸੇ ਵੀ ਤਰੀਕੇ ਨਾਲ ਉਹ ਪਤਾ ਕਰ ਹੀ ਲੈਂਦੇ। ਸੋ ਅਗਰ ਜੇ ਬਾਈ ਚਾਂਸ ਅਗਰ ਆਪਾਂ ਕੋਈ ਹਾਈਡ ਕਰਦੇ ਜਾਂ ਕੁਛ ਹੋਰ ਇਸ ਤਰ੍ਹਾਂ ਕਰਦੇ, ਉਹ 100% ਨਾਟ ਓਨਲੀ ਯੂ ਹੈਵ ਬੀਨ ਰਿਫਿਊਜ਼ ਬਟ ਆਲਸੋ ਫੇਸਿੰਗ ਦ ਮਿਸਰੈਪ੍ਰੈਜੈਂਟੇਸ਼ਨ ਬੈਨ ਫੋਰ 5 ਈਅਰਸ, ਉਹ ਵੀ ਤੁਹਾਡੇ ਅਗੇਂਸਟ ਕੁਛ ਨਾ ਕੁਛ ਹੋ ਜਾਣਾ ਸੀ। ਚਲੋ ਉਸੇ ਕਰਕੇ ਇੱਧਰ ਆ ਗਏ ਤੁਸੀਂ, ਚਲੋ ਕੋਈ ਗੱਲ ਨਹੀਂ, ਤੁਸੀਂ ਤੁਹਾਨੂੰ ਪਤਾ ਲੱਗੀ ਗਿਆ ਉਹਨਾਂ, ਮੇਰੇ ਖਿਆਲ ਸਵੇਰੇ ਖਬਰ ਆ ਗਈ ਹੈ, ਪਾਸਪੋਰਟ ਰਿਕੁਐਸਟ ਉਹਨਾਂ ਨੇ ਭੇਜ ਦਿੱਤੀ ਹੈ ਤੇ ਉਹ ਐਕਚੁਅਲੀ ਮੈਂ ਘੱਟੋ ਘੱਟ ਮੈਂ 2-3 ਵਾਰੀ ਜਿਵੇਂ ਚੈੱਕ ਕਰਦਾ ਹੁੰਦਾ ਜੀ ਕਾਲ ਸਟੇਟਸ ਤੇ। ਓ ਅੱਛਾ, ਕਾਲ ਕਰਕੇ ਉਹ ਜਿਹੜੇ ਉਹ ਅੱਛਾ ਜਿਹੜੇ ਟੋਲ ਫ੍ਰੀ ਨੰਬਰ ਤੇ ਅੱਛਾ ਕਾਲ ਕਰੇ, ਰੋਜ਼ ਕਿਵੇਂ ਰੋਜ਼ ਚੈੱਕ ਕਰਦੇ ਤੁਸੀਂ, ਕਿਸ ਤਰ੍ਹਾਂ ਕਰਦੇ? ਉਹ ਸਰ ਫਿਰ ਹੁਣ ਜਿਵੇਂ ਬੰਦਾ ਜ਼ਿਆਦਾ ਵਿਹਲਾ ਹੁੰਦਾ ਤੇ ਉਹ ਅੱਛਾ ਅੱਛਾ ਅੱਛਾ
ਅੱਛਾ ਅੱਛਾ ਅੱਛਾ ਦੈਟਸ ਵੰਡਰਫੁਲ ਅੱਛਾ ਤੇ ਤੁਹਾਨੂੰ ਤੁਸੀਂ ਸਾਨੂੰ ਕਾਲ ਕੀਤਾ ਉਹਨਾਂ ਵਿੱਚ ਲਿਖਿਆ ਆ ਗਿਆ ਉਹਨਾਂ ਮੈਸੇਜ ਕਿ ਵੀ ਦ ਕੇਸ ਹੈਜ਼ ਬੀਨ ਥਰੂ ਨਾ ਜੋ ਵੀ ਕੁਛ ਹੈ ਹਾਂਜੀ ਹਾਂਜੀ ਬਸ ਉਹ 'ਚ ਆ ਗਿਆ ਸੀ ਵੀ ਆਰ ਪਲੀਜ਼ ਟੂ ਕਨਫਰਮ ਦੈਟ ਯੂਰ ਵੀਜ਼ਾ ਹੈਜ਼ ਬੀਨ ਅਪਰੂਵਡ ਜੀ ਫਿਰ ਰਾਤ ਨੀਂਦ ਆਈ ਫਿਰ ਕਿ ਨਹੀਂ ਨਹੀਂ ਐਕਚੁਅਲੀ ਅੱਜ ਦਿਨ ਹੀ ਆਇਆ ਜੀ 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 ਨਹੀਂ ਹਾਂਜੀ ਆਏ ਹਾਂਜੀ ਆਏ ਤੇ ਦਿਨ ਅੱਛਾ ਅੱਛਾ ਤੁਹਾਡੇ ਜਿਹੜੇ ਸੌਰੀ ਸ਼ੁਰੂ ਸੇ ਅੱਛਾ ਮੇਰੇ ਮਤਲਬ ਸਵੇਰੇ ਜਿਹੜੇ ਇੰਡੀਆ ਟਾਈਮ 8 ਵਜੇ ਕਰੀਬ ਆਇਆ ਉਹਨਾਂ ਮੇਰੇ ਖਿਆਲ ਇੰਡੀਆ ਟਾਈਮ ਮਤਲਬ 1-2 ਵਜੇ ਆਇਆ ਸੀਗਾ ਅੱਛਾ 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 ਮੈਨੂੰ ਮਤਲਬ ਰਾਤ ਜੀ ਇੱਥੇ ਮੇਰੇ ਕੈਨੇਡਾ ਟਾਈਮ ਰਾਤ 8 ਵਜੇ ਮੈਨੂੰ ਈਮੇਲ ਜਨਰੇਟ ਹੋਈ ਹੈ ਸੋ ਮੋਰ ਲੈਸ ਜਦ ਦਿਨ ਖੁੱਲਿਆ ਹੋਣਾ ਉੱਥੇ ਦਿੱਲੀ ਦਿੱਲੀ ਵਾਲੇ ਨੇ ਕੀਤਾ ਹੋਣਾ ਸਵੇਰੇ ਸਵੇਰੇ ਤੋਂ ਉਸ ਕਰਕੇ ਉਹਨਾਂ ਨੇ ਈਮੇਲ ਛੱਡਤੀ ਉਸ ਵੇਲੇ ਠੀਕ ਹੈ ਹਾਂਜੀ ਹਾਂਜੀ ਦੈਟਸ ਵੰਡਰਫੁਲ ਦੈਟਸ ਵੰਡਰਫੁਲ ਸੋ ਬਾਕੀ ਤੇ ਹੋਰ ਸਭ ਠੀਕ ਹੈ ਤੁਹਾਡੇ ਜਿਹੜੇ ਵਾਈਫ ਦਾ ਸਟੱਡੀ ਵੀਜ਼ਾ ਸਟੱਡੀ ਪਰਮਿਟ ਮੇਰੇ ਖਿਆਲ ਅਗਲੇ ਸਾਲ ਸਤੰਬਰ ਤੱਕ ਹੈ ਹਾਲੇ ਵੀ ਹੈਵ ਇਨਫ ਟਾਈਮ ਤੇ ਉਹ ਹਾਂਜੀ ਫਿਰ ਹਾਂਜੀ ਉਹ ਉਹਨਾਂ ਦਾ ਉਹਦੇ ਹੈਗਾ ਬਾਅਦ ਹਾਲੇ ਉਹਦੇ ਬਾਅਦ ਪੱਕੀ ਵੀ ਹੋ ਜਾਏਗੀ ਤੁਹਾਡੇ ਕੋਲ ਵੀ ਪੈਸਾ ਹੈ ਯੂ ਆਰ ਵਰਕਿੰਗ ਆਈ ਮੀਨ ਦੈਟਸ ਵੰਡਰਫੁਲ ਐਕਚੁਅਲੀ ਆਈ ਲਾਈਕ ਇਟ ਯੂ ਹੈਵ ਅ ਐਕਟਿਵ ਜੌਬ ਪੰਜਾਬ ਦੇ ਜਿੰਨੇ ਵੀ ਪੰਜਾਬ ਦੇ ਜਿੰਨੇ ਵੀ ਕੈਂਡੀਡੇਟਸ ਹੈ ਮੈਂ ਦੇਖਦਾ 50% ਤੋਂ ਵੱਧ ਜਿਹੜੇ ਲੋਕ ਹੈ ਜਿਹੜੇ ਫਾਰਮਿੰਗ ਕਰ ਰਹੇ ਉਹਨਾਂ ਕੋਲ ਕੋਈ ਜੌਬ ਜੌਬ ਦਾ ਹੁੰਦਾ ਨਹੀਂ ਕੋਈ ਕਿ ਵੀ ਦੇ ਡੋਨਟ ਹੈਵ ਅ ਪ੍ਰੋਪਰ ਜੌਬ ਲੈਟਰ ਨਥਿੰਗ ਸੋ ਇਸ ਕਰਕੇ ਮੈਨੂੰ ਬੜੀ ਉਹ ਲੱਗਦੀ ਹੈ ਕਿ ਵੀ ਇਹ ਜੌਬ ਇਨਕਮ ਕਿਵੇਂ ਜਸਟੀਫਾਈ ਹੋਏਗੀ ਪਰ ਯੂ ਆਰ ਯੂਨੀਕ ਆਈ ਥਿੰਕ ਯੂ ਆਰ ਅ ਯੂਨੀਕ ਯੂਨੀਕ ਕੈਂਡੀਡੇਟ ਤੁਸੀਂ ਪੰਜਾਬ ਬੈਠੇ ਬੈਠੇ ਹੀ ਨਿਊਜ਼ੀਲੈਂਡ ਡਾਲਰ ਦੀ ਕਮਾਈ ਕਰ ਰਹੇ ਹੋ ਐਕਚੁਅਲੀ ਡਾਇਰੈਕਟਲੀ ਐਜ਼ ਅ ਫੋਰਨ ਐਕਸਚੇਂਜ ਸੋ ਦੈਟਸ ਵੈਰੀ ਯੂਨੀਕ ਅੱਛਾ ਦੂਸਰੀ ਚੀਜ਼ ਹੈ ਕਿ ਵੀ ਟਰੱਕਿੰਗ ਟਰੱਕਿੰਗ ਇੰਡਸਟਰੀ ਵਿੱਚ ਸ਼ੋਰਟੇਜ ਬਹੁਤ ਹੈ ਇਸ ਵਕਤ ਟਰੱਕਿੰਗ ਡਰਾਈਵਰ ਦੀ ਆਫਕੋਰਸ ਡਿਸਪੈਚਰ ਆਲਸੋ ਸੋ ਤੁਹਾਡੀ ਤੇ ਖੇਡ ਬਣੀ ਬਣਾਈ ਇੱਥੋਂ ਚੱਲ ਰਹੀ ਹੈ ਬਿਲਕੁਲ ਇਹ ਇੱਥੋਂ ਆਉਂਦੀ ਸਾਹਿਬ ਦੀ ਤੁਹਾਡੀ ਕਮਾਈ ਹੋਗੀ ਐਂਡ ਨਾਟ ਓਨਲੀ ਦਿਸ ਯੂ ਪ੍ਰੋਬਲੀ ਯੂ ਕੈਨ ਆਲਸੋ ਡੂ ਜਿਹੜਾ ਨਿਊਜ਼ੀਲੈਂਡ ਵਾਲਾ ਸਿਸਟਮ ਹੈ ਉਹ ਵੀ ਤੁਹਾਡਾ ਕੰਟੀਨਿਊ ਰਹੇਗਾ ਹੋਪਫੁਲੀ ਫਰੋਮ ਕੈਨੇਡਾ ਹਾਂਜੀ ਆਲਸੋ ਸਰ ਹਾਂਜੀ ਉਹਦਾ ਕੰਟੀਨਿਊ ਰਹੂਗਾ ਜੀ ਹਾਂਜੀ ਉਹ ਤੇ ਫਿਰ ਯੂ ਆਰ ਕਸਟਮ ਬਿਲਟ ਜਿਵੇਂ ਹੁੰਦਾ ਨਾ ਜਿਹੜੇ ਕਾਰ ਦੇ ਕਸਟਮ ਬਿਲਟ ਟਾਇਰ ਹੁੰਦੇ ਤੁਸੀਂ ਯੂ ਆਰ ਕਸਟਮ ਬਿਲਟ ਫੋਰ ਕੈਨੇਡਾ ਸੋ ਯੂ ਵਿਲ ਬੀ ਵੈਰੀ ਸਕਸੈਸਫੁਲ ਐਂਡ ਆਈ ਐਮ ਸ਼ੋਰ ਯੂਰ ਵਾਈਫ ਵਿਲ ਗੈਟ ਅ ਜੌਬ ਐਜ਼ ਵੈਲ ਐਂਡ ਵੀ ਆਰ ਵੈਰੀ ਗੁੱਡ ਟੂ ਗੋ ਹੋਰ ਕੋਈ ਮੇਰੇ ਲਈ ਕੋਈ ਕੁਐਸਚਨ ਤੇ ਨਹੀਂ ਕੋਈ ਨਥਿੰਗ ਟੂ ਆਸਕ ਮੀ ਔਰ ਐਵਰੀਥਿੰਗ ਗੁੱਡ ਪਾਸਪੋਰਟ ਰਿਕੁਐਸਟ ਹੈ ਤੁਹਾਨੂੰ ਜਿਹੜੀ ਆ ਗਈ ਹੈ ਉਹ ਤੁਹਾਨੂੰ ਉਹਨਾਂ ਨੇ ਸੁਖਮਨ ਵੀਰੇ ਨੇ ਤੁਹਾਨੂੰ ਰਿਲੀਜ਼ ਕਰ ਦੇਣੀ ਹੈ ਵਿਦਇਨ 1 or 2 days ਤੇ ਜਾ ਕੇ ਤੁਸੀਂ ਜਮ੍ਹਾਂ ਕਰੋ ਹਫਤੇ 2 ਹਫਤੇ ਵਿੱਚ ਤੁਹਾਡਾ ਪਾਸਪੋਰਟ ਸਟੈਂਪ ਹੋ ਜਾਏਗਾ ਤੇ ਕ੍ਰਿਸਮਸ ਤੇ ਪਹਿਲਾਂ ਤੁਸੀਂ ਆਪਣੀ ਵਾਈਫ ਨੂੰ ਸਰਪ੍ਰਾਈਜ਼ ਦਿਓ ਆਵਾ ਐਸ਼ੀ ਓਨਲੀ ਨੋਜ਼ ਐਕਚੁਅਲੀ ਬਾਏ ਦ ਵੇ ਸੋ ਬਟ ਐਨੀਵੇਅਰ ਦੈਟਸ ਅ ਗੁੱਡ ਟਾਈਮ ਟੂ ਕਮ ਮੈਨੂੰ ਤਾਂ ਸਰ ਇੱਕ ਚੀਜ਼ ਦਾ ਡਰ ਸੀਗਾ ਕਿ ਜਿਵੇਂ ਹੁਣ ਮੇਰੀ ਜੌਬ ਇੱਕ ਹੈਗੀ ਸੀ ਰਿਮੋਟਲੀ ਜੌਬ ਸੀਗੀ ਵਰਕ ਫਰੋਮ ਹੋਮ ਸੀਗਾ ਜੀ ਤੇ ਮੈਨੂੰ ਇਹ ਸੀਗਾ ਕਿ ਜਿੱਦਾਂ ਕਿ ਜਿਵੇਂ ਹੋਮ ਟਾਈਜ਼ ਨਹੀਂ ਸ਼ੋਅ ਹੋ ਰਹੇ ਜੀ ਜਿਵੇਂ ਸਾਰੇ ਕਹਿ ਰਹੇ ਨੇ ਜਿਵੇਂ ਸੀਵੀਅਰ ਰਿਪੋਰਟ ਲਾਉਣੀ ਇਹ ਲਾਉਣਾ ਕਿ ਤੁਹਾਡੇ ਘੱਟੋ ਘੱਟ ਕੋਈ ਹੋਮ ਟਾਈਜ਼ ਹੋਣ ਜਿੱਦਾਂ ਕੋਈ ਜੌਬ ਜਿਵੇਂ ਇੱਥੇ ਸਟੇਬਲ ਹੋਵੇ ਗੁੱਡ ਪੁਆਇੰਟ ਸੋ ਤੁਸੀਂ ਕੀ ਸਮਝਦੇ ਹੋ ਅਸੀਂ ਲਾਈ ਤੁਹਾਡੀ ਕੋਈ ਹੋਮ ਟਾਈਜ਼ ਨਹੀਂ ਸਰ ਕੋਈ ਨਹੀਂ ਲੱਗਿਆ ਮਤਲਬ ਨਾ ਕੋਈ ਸੀਵੀਅਰ ਰਿਪੋਰਟ ਲੱਗੀ ਨਾ ਹੀ ਕੋਈ ਵੀ ਮਤਲਬ ਇੱਦਾਂ ਦਾ ਨਹੀਂ ਸੀ ਕਿ ਮੈਨੂੰ ਇਹੀ ਇੱਕ ਚੀਜ਼ ਸੀ ਕਿ ਮੈਂ ਕਿਹਾ ਯਾਰ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਕਿਉਂਕਿ ਇਹ ਉਹ ਅਗਲੇ ਤਾਂ ਕਹਿਣਗੇ ਕਿ ਤੂੰ ਤਾਂ ਕਦੋਂ ਵੀ ਹਨਾ ਤੇਰੇ ਤਾਂ ਕੋਈ ਸ਼ੋਅ ਹੀ ਨਹੀਂ ਹੋ ਰਿਹਾ ਫਿਰ ਦਿਸ ਇਜ਼ ਐਕਸਟ੍ਰੀਮਲੀ ਗੁੱਡ ਪੁਆਇੰਟ ਐਕਚੁਅਲੀ ਕਈ ਲੋਕ ਮੈਨੂੰ ਈਵਨ ਟੂਰਿਸਟ ਵੀਜ਼ਾ ਲਈ ਜਾਂ ਛੋਟੇ ਹੋਰ ਸਟੱਡੀ ਵੀਜ਼ਾ ਲਈ ਵੀ ਮੈਨੂੰ ਪੁੱਛਦੇ ਹੈ ਕਿ ਭਾਅ ਜੀ ਤੁਸੀਂ ਦਿਖਾ ਦਿਓ ਮੇਰਾ ਕਨੈਕਸ਼ਨ ਹੈ ਕਿ ਆਈ ਕਮ ਬੈਕ ਟੂ ਇੰਡੀਆ ਮਤਲਬ ਹੋਮ ਟਾਈਜ਼ ਜੋ ਵੀ ਹੈ ਸੀ ਏ ਦੀ ਅਕਾਊਂਟੈਂਟ ਮੈਂ ਕਿਹਾ ਵੀ ਸੀ ਏ ਦਾ ਬਿਜ਼ਨਸ ਹੈ ਨਾ ਇਹ ਸਭ ਫਰਜ਼ੀ ਬਿਜ਼ਨਸ ਹੈ ਸੀ ਏ ਨੇ ਉਹੀ ਉਹੀ ਰਿਪੋਰਟ ਸ਼ੋਅ ਕਰਨ ਲਈ 10-15 ਹਜ਼ਾਰ ਰੁਪਏ ਲੈ ਲੈਣੇ ਐਟ ਦ ਲੀਸਟ ਤੇ ਉਹਦੇ ਨਾਲ ਹੁੰਦਾ ਕੁਛ ਨਹੀਂ ਆਈ ਹੈਵ ਨੈਵਰ ਆਈ ਐਮ ਡੂਇੰਗ ਦਿਸ ਬਿਜ਼ਨਸ ਫੋਰ ਦ ਪਾਸਟ 20+ ਈਅਰਸ ਬਾਏ ਦ ਵੇ ਠੀਕ ਹੈ ਆਈ ਹੈਵ ਤੁਹਾਨੂੰ ਮੈਂ ਦੱਸਾਂ ਇੱਕ ਖੁਲਾਸਾ ਕਰਦੇ ਆਈ ਹੈਵ ਨੈਵਰ 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 ਇਨ ਮਾਈ ਲਾਈਫ ਯੂਜ਼ਡ ਐਨੀ ਸੀ ਏ ਰਿਪੋਰਟ ਫੋਰ ਐਨੀ ਵੀਜ਼ਾ ਐਵਰ ਹਾਂਜੀ ਮੈਂ ਵੀ ਹੈਰਾਨ ਹੋਇਆ ਸੀ ਮੈਂ ਕਿਹਾ ਬਾਕੀ ਤਾਂ ਸਾਰੇ ਇੰਨੇ ਲਾਉਂਦੇ ਨੇ ਤੇ ਨਾ ਤੁਸੀਂ ਮੈਨੂੰ ਕਿਹਾ ਕਿ ਇਨਵੀਟੇਸ਼ਨ ਲੈਟਰ ਲਾਉਣੀ ਹੈ ਨਾ ਸੀ ਰਿਪੋਰਟ ਲਾਉਣੀ ਹੈ ਤੇ ਇਹ ਵੀ ਕਿਹਾ ਸੀਗਾ ਕਿ ਹੋ ਸਕਦਾ ਹੋਇਆ ਸੀ ਬੈਂਕ ਸਰਟੀਫਿਕੇਟ ਵੀ ਨਹੀਂ ਲਾਉਣਾ ਜਿਹੜਾ ਕੈਨੇਡਾ ਤੋਂ ਲਾਉਣਾ ਮੈਂ ਕਿਹਾ ਫਿਰ ਤੁਸੀਂ ਕਹਾਂ ਬਈ ਵੀਜ਼ਾ ਲੱਗ ਹੈਰਾਨ ਹੋਇਆ ਵੀਜ਼ਾ ਵੀਜ਼ਾ ਕਿਵੇਂ ਲੱਗ ਜਾਊਗਾ ਹਾਂਜੀ ਹਾਂਜੀ ਦੇਖੋ ਸੋ ਦੈਟਸ ਵੰਡਰਫੁਲ ਜਸਟ ਟੂ ਸਮਰਾਈਜ਼ ਸੋ we have not written any invitation letter we have no CA report theek hai we have no banking report haan ji banking report bhi nahi matlab banking da ke sade kol inne paise hai sir oh bhi nahi hai mere khayal vich I don't know I think it's not much
हाँ, फिर भी वीजा लग गया, फिर हाँ जी बिल्कुल जी, फिर भी लग गया। भी लग गया। हाँ तो हम बाकी दे लोग जेड़े गलबात नु देखेंगे, वो कहेंगे भी भाई यार वीजा लग गया किस किस तरह। और जेड़े बाकी कंसल्टेंट भी, बाकी बाकी होर कंसल्टेंट भी मैनू देखते हैं इस तरह दे वीडियो नु, वो कहंदे भी पता नहीं की इना कोल की गुर है, कोई कोई खास, कोई मैजिक है, कोई पता नहीं की कुछ इन्हां ने कोई दवाई पाती जे कि वीजा किवें लग गया। मैं इस करके हैरान, मैं सर नू, मैं मतलब वीरे ने मैं 2-3 बारी पूछा, मैं क्या जे लाउणी हुई तो ला दिया जे, कोई गल नहीं मैं तुहानू सेंड कर देना। अच्छा तो वो कहिंदे आपां लिख देंगे उहदे विच, जिहड़ी थोड़ी स्टेटमेंट होगी उहदे विच लिख देंगे। जे तुहानू चाहीदी हुई सानू अडिशनल डॉक्यूमेंट रिक्वेस्ट भेजो, असीं तुहानू कर दिंदे सेंड। दैट्स राइट, दैट्स राइट। ते मैं वो चीज़ वेट करदा, मैं क्या घट्टो घट्ट चलो मैनू पहला ए आऊगी, ADR आऊगी, ते फिर इस तो बाद मैनू रिस्पोंस आऊगा। या तुहानूं मैं एक सीक्रेट दस दियां। इनफैक्ट इनफैक्ट जिवें तुसीं कहा ना कि भाई होम टाइज है कि नहीं है, इनफैक्ट हाँ जी इनफैक्ट मैं तो ये लिखा हुआ है कि भाई इस बंदे की होम टाइज है ही नहीं है ना होएंगी। आई हैव रिटन एग्जैक्टली ऑपोजिट, आई हैव रिटन एग्जैक्टली ऑपोजिट के मिस्टर हरप्रीत दी ना होम टाइज है, ना पहला सी, ना 6 साल तक पहला सी कोई होम टाइज, ना अज है ना होगी। ये बंदा ही कनाडा जाने को तैयार है, कनाडा लिए राइट राइट बंदा है। मैं एक्चुअली बिल्कुल जी, आई स्वेयर यू नो आई एम टेलिंग एग्जैक्टली ट्रूथ के आई रोट देम के दिस गाय इज द गाय व्हिच कनाडा नीड्स। सर ता ही मैनू फिर एक ट्रस्ट जा, मैं कह यार हुण मैं कोई क्वेश्चन नहीं पूछना, मैं बस कोई गल नहीं, हुण देखी जाओ जो हुंदा। बाकी बाकी देखो बाकी देखो बंदा एक गुरबाणी दी एक लाइन शायद लोगों ने पढ़ी होगी भी, सब ने छालां मारियां करता करे सो होए। वीजा वीजा एप्लीकेशन ते सारे ही छड़ दे हैं कि भी कंसल्टेंट का बिजनेस ही है कि भी 4-5 एप्लीकेशन ले लो महीने दी, एक गलती ना लिखा ते लगेगी, ठीक है ना। हाँ जी हाँ जी बिल्कुल, इस तरह रिश्व कमाई। बाकी कोशिश सारे करते हैं, जे परमात्मा ने तुहाडे तकदीर विच पाया होया है ना, तां जाके वो ख्याल ही, वो विचार, वो ख्याल प्रिपरेशन, वो तां ही वो सेट होंदी है। बिल्कुल बाकी ये तो है, बाकी बाकी ते तुहानूं पता ही है संजोगां दे खेड़ है। जे तुसीं आके कनेडा दा पानी पीना है, आके कनेडा दा अंजल छकना है, ते कनेडा तुहानूं आके आन तो कोई रोक भी नहीं सकदा। सो आई एम ग्लैड टुडे इज नवंबर 17th, 100% बिफोर डिसंबर, within the next four weeks you are clear to go, you'll be here. Thank you sir, ਤੁਹਾਡਾ ਬਹੁਤ ਬਹੁਤ ਤੁਸੀਂ ਬਹੁਤ ਹੈਲਪ ਕੀਤੀ। ਤੇ ਮੇਰਾ ਕੋਈ ਥੈਂਕ ਯੂ ਨਹੀਂ ਹੈ, ਇਹ ਸਭ ਤੁਹਾਡੇ ਜਿਹੜੇ ਨੰਬਰ 1 ਇਹ ਤੁਹਾਡੇ ਜਿਹੜੇ ਗੁਣ, ਤੁਹਾਡੀ ਲਿਆਕਤ, ਤੁਹਾਡੀ ਸਕਿੱਲ, ਤੁਹਾਡਾ ਬੈਕਗ੍ਰਾਉਂਡ, ਤੁਹਾਡੀ ਜਿਹੜੀ ਪ੍ਰੋਫੈਸ਼ਨ, ਤੁਹਾਡੀ ਕਲੀਅਰ ਹਿਸਟਰੀ, your wife's documents, jere unna de study documents, unna de bank statement wagera, jo bhi unna kol jo bhi kuch hai, sara clear record of attendance, ye sare documents factors nu jod ke hi sari kahani sajdi hai. So ide vich agar koi agar je kahe ke ji main kuch kar liya ya kuch hor kisne kita, I think is absolutely far from truth. Ye sare nu factors nu sanjog जद होंदा ना तां जाके वो चीज़ तैयार होंदी है, तां लगदा कि हाँ भी आ के में हो गया, पर ये सारे फैक्टर्स अपने आप ही डेवलप हो के आए हैं। अल्टीमेटली ये सारे इट्स अ मिस्ट्री के कई लोगों ने जिस तरह अच्छा मोरलैस आही डॉक्यूमेंट तुसी स्टडी वीजा बिच भी इस्तेमाल किए होने, शायद मोरलैस सेम फैक्ट सेम डॉक्यूमेंट्स। हाँ जी हाँ जी, मैं वही ਕਿਉਂਕਿ ਮੈਂ ਜਿੰਨਿਆਂ ਕੋਲ ਵੀ ਗਿਆ ਸੀ ਅਗਲੇ ਕਨਫਿਊਜ਼ ਹੋ ਜਾਂਦੇ ਸੀ ਯਾਰ ਤੂੰ ਉਦੋਂ ਉਸ ਟਾਈਮ ਤੂੰ ਕੀ ਲਾਇਆ ਸੀਗਾ, ਤੇ ਇਸ ਟਾਈਮ ਆਪਾਂ ਹੁਣ ਕਿਵੇਂ ਉਹਨੂੰ ਰੀਪ੍ਰਜੈਂਟ ਕਰਾਂਗੇ। ਤੇ ਪਰ ਮੈਨੂੰ ਇੰਨਾ ਸੀਗਾ ਕਿ ਚਲੋ ਮੈਂ ਜੋ ਉਸ ਟਾਈਮ ਜੋ ਵੀ ਫਿੱਲ ਕੀਤਾ ਸੀ ਮੈਂ ਖੁਦ ਕੀਤਾ ਸੀ ਫਿੱਲ। ਹਾਂਜੀ ਹਾਂਜੀ, ਕਹਿੰਦਾ ਪਾਵੇ ਕਿ ਵੀ ਫੈਕਟ ਜਿਹੜੇ ਜੋ ਕਹਾਣੀ ਹੈ ਉਹ ਤੇ ਚੇਂਜ ਨਹੀਂ ਹੋਈ ਨਾ, ਜਿਹੜੀ ਟੂਰਿਸਟ ਵੀਜ਼ਾ ਇਨਫੋਰਮੇਸ਼ਨ ਜਿਹੜੀ ਚੱਲੀ ਹੈ, ਜਿਹੜੀ ਸਟੱਡੀ ਵੀਜ਼ਾ ਚੱਲੀ ਹੈ, ਉਹੀ ਸੇਮ ਇਨਫੋਰਮੇਸ਼ਨ ਚੱਲ ਕੇ ਫਿਰ ਹੁਣ ਸਪਾਊਸ ਵੀਜ਼ਾ ਵਿੱਚ ਆ ਗਏ, ਹੁਣ ਸਪਾਊਸ ਵੀਜ਼ਾ ਉਹਨਾਂ ਨੇ ਯੈਸ ਕਰਤਾ। ਇਹ ਕਿਉਂ ਕਰਤਾ, ਇਹ ਸਾਰੇ ਕਿਸਮਤ ਦੇ ਖੇਲ ਹੈ, ਮੁਕੱਦਰ ਤਕਦੀਰਾਂ ਦੇ ਖੇਲ ਹੈ ਬਸ। ਬਿਲਕੁਲ ਜੀ, ਇਹ ਹੁਣ ਲਿਖਿਆ ਸੀਗਾ ਕਿ ਇਹੀ ਹੋਣਾ।
जी तो जी मंजूर ही होया। जी जी चलो थैंक यू, थैंक यू वेरी मच फॉर योर टाइम, तुसी टाइम दिता अपना ते बहुत बहुत बधाई, बहुत बहुत कंग्रेचुलेशंस टू यू एंड योर वाइफ एंड टू रेस्ट ऑफ योर फैमिली। आई लुक फॉरवर्ड टू सीइंग यू एक्टिव इन कनाडा सम टाइम। एंड तुहाडी वाइफ इज इन द टोरंटो एरिया, वेयर शी वेयर इज लिव, किथे रहंदी? सर विंडसर दे कोल चैटम है, कोई छोटा जिहा टाउन है। प्रवेश कर रहे होड फॉर दैट जॉब एंड मच कॉन्फिडेंट वेरी सक्सेसफुल इन द फ्यूचर। थैंक यू सर। हाँ जी वही मतलब विंडसर यूएस बॉर्डर लग रहा बिल्कुल जी। जी 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 ठीक है ठीक है चलो थैंक यू हरप्रीत, थैंक यू वेरी मच, सत श्री अकाल सारे। ठीक है सर, थैंक यू सो मच जी, थैंक यू।